ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ ਜੀ? ਦੋਸਤੋ ਹਰ ਹਫ਼ਤੇ ਦੇ ਤਰੀਕੇ ਆ ਹਫ਼ਤੇ ਵੀ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਤੁਹਾਡੇ ਨਾਲ। ਸੋ ਦੋਸਤੋ, ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਯੂਟਿਊਬ ਦਾ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ, ਤਾਂ ਕਿ ਜਿਹੜੀ ਇਮੀਗ੍ਰੇਸ਼ਨ ਦੀ ਨੌਲੇਜ ਅਸੀਂ ਐਜੂਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਸੀਂ ਇਹਨੂੰ ਕਦੇ ਵੀ ਮਿਸ ਨਾ ਕਰੋ। ਅਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਦੋਸਤੋ, ਆਹ ਹਫ਼ਤੇ ਆਪਾਂ ਗੱਲ ਕਰਨੀ ਆ ਆਸਟ੍ਰੇਲੀਆ ਟੂਰਿਸਟ ਵੀਜ਼ਾ ਬਾਰੇ, ਵੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਕਿਵੇਂ ਜਾ ਸਕਦੇ ਹੋ, ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ, ਅਤੇ ਕਿਵੇਂ ਤੁਸੀਂ ਜਿਹੜਾ ਉੱਥੇ ਦਾ ਟੂਰਿਸਟ ਮਲਟੀਪਲ ਐਂਟਰੀ ਵੀਜ਼ਾ ਜਿਹੜਾ ਹੈਗਾ ਲੈ ਸਕਦੇ ਹੋ। ਸੋ ਦੋਸਤੋ, ਆਪਣੇ ਨਾਲ ਅੱਜ ਹੈਗੇ ਨੇ ਗੁਰਜੋਤ ਸਿੰਘ, ਅਤੇ ਅੱਜ ਆਪਾਂ ਡਿਸਕਸ ਕਰਨਾ ਜਿਵੇਂ ਤੁਹਾਨੂੰ ਦੱਸਿਆ ਆਸਟ੍ਰੇਲੀਆ ਟੂਰਿਸਟ ਵੀਜ਼ਾ ਬਾਰੇ। ਸੋ ਗੁਰਜੋਤ ਸਿੰਘ ਜੀ, ਇਹ ਦੱਸੋ ਵੀ ਜਿਹੜਾ ਆਸਟ੍ਰੇਲੀਆ ਹੈਗਾ ਇੰਨੀ ਵੱਡੀ ਕੰਟਰੀ ਹੈ, ਕਈ ਤਾਂ ਲੋਕਾਂ ਨੂੰ ਅੰਦਾਜ਼ਾ ਹੀ ਹੈ ਨਹੀਂ ਗਾ ਵੀ ਉਹ ਕਿੰਨੀ ਵੱਡੀ ਕੰਟਰੀ ਹੈ, ਉਹ ਕਨੇਡਾ ਨੂੰ ਵੱਡਾ ਸਮਝਦੇ ਰਹਿੰਦੇ, ਅਤੇ ਆਸਟ੍ਰੇਲੀਆ ਬਾਰੇ ਉਹਨਾਂ ਨੂੰ ਪਤਾ ਨਹੀਂ। ਆਸਟ੍ਰੇਲੀਆ ਨੂੰ ਉਹ ਸਿਰਫ ਇਹੀ ਕਹਿੰਦੇ ਆ ਉੱਥੇ ਮੈਲਬਰਨ ਜਾਂ ਸਿਡਨੀ ਹੈ। ਹਾਂਜੀ ਹਾਂਜੀ ਬੂਟਾ ਸਿੰਘ ਜੀ, ਸੋ ਇੱਕ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਕਿ ਜਿਹੜਾ ਆਸਟ੍ਰੇਲੀਆ ਇੱਕ ਕੰਟਰੀ ਵੀ ਆ ਅਤੇ ਇੱਕ ਕੰਟੀਨੈਂਟ ਵੀ ਹੈ। ਕੰਟੀਨੈਂਟ ਵੀ, ਸੋ ਜਿਵੇਂ ਹੁਣ ਏਸ਼ੀਆ ਇੱਕ ਕੰਟੀਨੈਂਟ ਆ, ਉਵੇਂ ਆਸਟ੍ਰੇਲੀਆ ਵੀ ਹੈ। ਸੋ ਜਿੰਨਾ ਮਤਲਬ ਆਪਾਂ ਨੂੰ ਸਿਟੀਜ਼ ਬਾਰੇ ਜਿੰਨਾ ਕੁ ਪਤਾ, ਇੱਕ ਦੋ ਸਿਟੀਜ਼, ਉਹ ਆਪਾਂ ਉਹਨਾਂ ਨੇ ਹੀ ਜ਼ਿਆਦਾ ਉਹਦੀ ਟਰੈਵਲ ਪਲੈਨ ਬਣਾਈ ਜਾਂਦੇ ਹਾਂ, ਉਹਦੇ ਬਾਰੇ ਜ਼ਿਆਦਾ ਲਿਖੀ ਜਾਂਦੇ ਹਾਂ ਕਿ ਹਾਂ ਵੀ ਅਸੀਂ ਇੱਥੇ ਜਾਣਾ ਇੱਥੇ ਜਾਣਾ, ਤਾਂ ਹੀ ਇਹ ਜਿਹੜੇ ਰੀਜ਼ਨ ਆਉਂਦੇ ਆ ਕਿ ਹਾਂ ਵੀ ਤੁਸੀਂ ਰਿਫਿਊਜ਼ ਕਰਦੇ ਹਾਂ, ਤੁਹਾਡੇ ਟਰੈਵਲ ਪਲੈਨ ਆ ਜਿਹੜੇ ਉਹ ਚੰਗੇ ਨਹੀਂ ਹੈਗੇ। ਸੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਆਸਟ੍ਰੇਲੀਆ ਦੇ ਕਿਹੜੇ ਪਾਰਟ ਦੇ ਵਿੱਚ ਜਾ ਰਹੇ ਹੋ ਤੇ ਕਿਹੜੇ ਮਹੀਨੇ ਦੇ ਵਿੱਚ ਜਾ ਰਹੇ ਹੋ। ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਦਾ ਮੌਸਮ ਵੀ ਪੁੱਠੇ ਆ ਦੁਨੀਆ ਨਾਲੋਂ। ਬਿਲਕੁਲ, ਜਿਵੇਂ ਹੁਣ ਆਪਾਂ ਗੱਲ ਕਰੀਏ ਹੁਣ ਦਸੰਬਰ ਤੋਂ ਲੈ ਕੇ ਫੈਬਰੀ ਤੱਕ ਉਹਨਾਂ ਦਾ ਵਿੰਟਰ ਸੀਜ਼ਨ, ਸੋਰੀ ਸਮਰਜ਼ ਉਹਨਾਂ ਦੇ ਸਟਾਰਟ ਹੋ ਜਾਣੇ। ਸੋ ਸਮਰਜ਼ ਉਹਨਾਂ ਦੇ ਮੇਨਲੀ ਹੋਣੇ ਆ ਜਿਹੜਾ ਸਾਊਥ ਪਾਰਟ ਆ। ਹੁਣ ਸਾਊਥ ਪਾਰਟ ਦੇ ਵਿੱਚ ਆਪਾਂ ਦੇਖਣਾ ਪੈਣਾ ਕਿਹੜੀਆਂ ਕਿਹੜੀਆਂ ਸਿਟੀਆਂ ਆਉਂਦੀਆਂ ਨੇ। ਸਾਊਥ ਪਾਰਟ ਦੇ ਵਿੱਚ ਮੇਨ ਸਿਟੀਆਂ ਸਾਰੀਆਂ ਹੀ ਆ ਜਾਂਦੀਆਂ, ਜਿਵੇਂ ਪਰਥ ਹੋ ਗਿਆ, ਐਡੀਲੇਡ ਹੋ ਗਿਆ, ਫਿਰ ਆਪਣਾ ਸਿਡਨੀ ਹੋ ਗਿਆ ਨਿਊ ਸਾਊਥ ਵੇਲ ਦੇ ਵਿੱਚ, ਤੇ ਮੈਲਬਰਨ। ਇੱਕ ਚੀਜ਼ ਦਾ ਧਿਆਨ ਰੱਖਣਾ, ਤੁਸੀਂ ਬ੍ਰਿਸਬੇਨ ਨੂੰ ਨਹੀਂ ਵਿੱਚ ਪਾਉਣਾ, ਕਿਉਂਕਿ ਜੇ ਤੁਸੀਂ ਬ੍ਰਿਸਬੇਨ ਨੂੰ ਵਿੱਚ ਪਾ ਲਓਗੇ ਤਾਂ ਉੱਥੇ ਉਸ ਮੌਸਮ ਦੇ ਵਿੱਚ ਮੀਂਹ ਜ਼ਿਆਦਾ ਪੈਂਦੇ ਨੇ, ਤੇ ਕਿ ਉਹ ਵਧੀਆ ਇੱਕ ਘੁੰਮਣ ਵਾਲਾ ਟਾਈਮ ਨਹੀਂ ਹੈਗਾ ਜਿਹੜਾ ਦਸੰਬਰ ਤੋਂ ਫਰਵਰੀ 'ਚ। ਆਫਿਸਰ ਇਹ ਵੀ ਦੇਖਦਾ ਹੁੰਦਾ, ਅਗਲਾ ਕਹਿੰਦਾ ਕਿ ਮੈਂ ਜਿਹੜੇ ਰੀਫਸ ਨੇ ਉਹ ਦੇਖਣ ਜਾਣੇ ਨੇ ਕੁਈਨਜ਼ਲੈਂਡ ਦੇ ਵਿੱਚ, ਪਰ ਉਹਨੂੰ ਪਤਾ ਤਾਂ ਹੁੰਦਾ ਨਹੀਂ ਹੈਗਾ ਕਿਹੜੇ ਮਹੀਨੇ ਜਾਣਾ। ਰੀਫਸ ਮਤਲਬ ਕਿ ਜਿਹੜੇ ਸਮੁੰਦਰ ਦੇ ਵਿੱਚ ਦੋਸਤੋ, ਜਿਹੜਾ ਜੰਗਲਾਤ ਕਹਿ ਸਕਦੇ ਹਾਂ ਆਪਾਂ, ਜਿਹੜਾ ਰੀਫ ਆਸਟ੍ਰੇਲੀਆ ਦਾ ਮੰਨਿਆ ਪਰ ਮੰਨਿਆ ਜਾਂਦਾ, ਪੂਰੀ ਦੁਨੀਆ ਤੋਂ ਲੋਕ ਉੱਥੇ ਉਹਨੂੰ ਦੇਖਣ ਜਾਂਦੇ ਨੇ। ਬਹੁਤ ਖੂਬਸੂਰਤ ਨਜ਼ਾਰਾ ਉਹ, ਪਰ ਸਮੁੰਦਰ ਦੇ ਹੇਠਾਂ ਹੁੰਦਾ। ਬਿਲਕੁਲ ਜੀ, ਸੋ ਜਿਹੜੇ ਰੀਫਸ ਨੇ ਉਹ ਮੋਸਟਲੀ ਕੁਈਨਜ਼ਲੈਂਡ, ਬ੍ਰਿਸਬੇਨ ਜਿੱਥੇ ਹੈਗਾ ਆ ਉੱਥੋਂ ਦੇ ਮਸ਼ਹੂਰ ਨੇ, ਬਟ ਇਹ ਆ ਕਿ ਹਾਂ ਵੀ ਲੋਕ ਉਹਦੇ ਹੀ ਜ਼ਿਆਦਾ ਬਣਾਈ ਜਾਂਦੇ ਨੇ ਟਰੈਵਲ ਪਲੈਨ, ਉਹਦੀਆਂ ਆਈਟਨਰੀਜ਼ ਬਣਾ ਕੇ ਲਾਈ ਜਾਂਦੇ ਨੇ, ਪਰ ਜਿਹੜਾ ਵੀਜ਼ਾ ਆਫਿਸਰ ਆ ਉਹ ਤਾਂ ਇੰਨਾ ਇੰਟੈਲੀਜੈਂਟ ਹੈਗਾ ਹੀ ਆ ਕਿ ਹਾਂ ਵੀ ਬੰਦਾ ਇਹ ਜੈਨੂਇਨ ਟਰੈਵਲਰ ਹੈਗਾ ਕਿ ਨਹੀਂ। ਨਹੀਂ ਹੈਗਾ ਬਿਲਕੁਲ। ਯਾ, ਸੋ ਕਈ ਟਰੈਵਲ ਪਲੈਨ ਮੈਂ ਇਹੋ ਜਿਹੇ ਵੀ ਦੇਖੇ ਜਿਹਨਾਂ ਦੀ ਰਿਫਿਊਜ਼ਲ ਆਉਂਦੀਆਂ ਨੇ, ਉਹ ਪਹਿਲੇ ਦਿਨ ਕਹਿੰਦੇ ਅਸੀਂ ਮੈਲਬਰਨ ਦੇ ਵਿੱਚ ਹਾਂ, ਦੂਜੇ ਦਿਨ ਕਹਿ ਦਿੰਦੇ ਅਸੀਂ ਪਰਥ 'ਚ ਹਾਂ, ਹਜੇ ਮੈਲਬਰਨ ਨੂੰ 2-3 ਦਿਨ ਘੁੰਮਿਆ ਹੀ ਨਹੀਂ, ਸਿੱਧਾ ਪਰਥ ਪਹੁੰਚ ਗਏ ਬਾਏ ਰੋਡ। ਉਹ ਵੀ ਬਾਏ ਰੋਡ, ਤੇ ਜਿਹੜਾ ਕਿ ਮੇਰੇ ਹਿਸਾਬ ਨਾਲ ਫਾਸਲਾ ਹੈਗਾ 11 ਕਿਲੋਮੀਟਰ। 11 ਕਿਲੋਮੀਟਰ, ਜਿਵੇਂ ਆਪਾਂ ਟੋਰਾਂਟੋ ਦੇ ਵੈਨਕੂਵਰ ਲਾ ਲਈਏ ਕਿ ਹਾਂ ਵੀ 4-5 ਘੰਟੇ ਦਾ ਸਿਰਫ ਏਅਰਲਾਈਨ ਤੇ ਲਾਈਨ, ਬਾਏ ਰੋਡ ਜਾਣਾ ਤਾਂ 4-5 ਦਿਨ ਦਾ ਸਫ਼ਰ ਆ। ਬਿਲਕੁਲ ਜੀ, ਸੋ ਇਹ ਵੀ ਤੁਹਾਨੂੰ ਦੇਖਣਾ ਪੈਣਾ ਕਿ ਹਾਂ ਵੀ ਤੁਸੀਂ ਜੇ ਬਾਏ ਰੋਡ ਵੀ ਜਾਣਾ ਜਾਂ ਬਾਏ ਰੇਲ ਜਾਣਾ, ਕਿਹੜੀਆਂ ਕਿਹੜੀਆਂ ਰੇਲਸ ਜਾਂਦੀਆਂ ਨੇ, ਤੇ ਬਾਏ ਰੋਡ ਵੀ ਜਾਣਾ ਤਾਂ ਕਿਵੇਂ ਕਿਵੇਂ ਤੁਸੀਂ ਜਾ ਸਕਦੇ ਹੋ, ਤੁਹਾਨੂੰ ਇਹਦੇ ਬਾਰੇ ਵੀ ਨੌਲੇਜ ਜਿਹੜੀ ਉਹ ਪੂਰੀ ਉਹ ਹੋਣੀ ਚਾਹੀਦੀ ਹੈ। ਕਾਰ ਰੈਂਟਲ ਕਰ ਰਹੀ ਆ ਜਾਂ ਕਿਵੇਂ ਬੱਸ ਜਾਣਾ, ਟ੍ਰੇਨ ਲੈ ਕੇ ਜਾਣੀ ਆ, ਜਾਂ ਤੁਸੀਂ ਜਿਹੜਾ ਹੈਗਾ ਵੀ ਡੋਮੈਸਟਿਕਲੀ ਤੁਸੀਂ ਫਲਾਈ ਕਰੋਗੇ, ਫਿਰ ਉਹਦੀਆਂ ਵੀ ਟਿਕਟਾਂ ਪ੍ਰੂਫ ਜਿਹੜੇ ਹੈਗੇ ਤੁਹਾਨੂੰ ਲਾਉਣੇ ਪੈਣਗੇ। ਸੋ ਇਹ ਤਾਂ ਗੱਲ ਹੈਗੀ ਆ ਵੀ ਉਹਦੇ ਰੀਜਨਲ ਏਰੀਏ ਬਾਰੇ ਵੀ, ਹਾਂਜੀ ਵੀ ਜਿਹੜਾ ਆਸਟ੍ਰੇਲੀਆ ਨੂੰ ਸਮਝਣ ਦੀ ਲੋੜ ਆ, ਅਤੇ ਟਰੈਵਲ ਪਲੈਨ ਉੱਥੇ ਦੇ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਬਣਾਉਣਾ ਚਾਹੀਦਾ। ਕਨੇਡਾ ਵਾਂਗੂ ਸਿੰਪਲ ਨਹੀਂ ਹੈਗਾ ਵੀ ਜੇ ਪੰਜਾਬ 'ਚ ਜਾਂ ਤੁਸੀਂ ਕਿਤੇ ਹੋਰ ਬੈਠੇ ਹੋ ਵੀ ਉੱਥੇ ਜੇ ਸਰਦੀਆਂ ਨੇ ਤਾਂ ਉਰੇ ਵੀ ਸਰਦੀਆਂ, ਆਪਾਂ ਕ੍ਰਿਸਮਸ ਦਾ ਟ੍ਰਿਪ ਬਣਾ ਲਿਆ, ਜੇ ਇੰਡੀਆ 'ਚ ਗਰਮੀਆਂ ਦਾ ਇੱਥੇ ਆਪਾਂ ਜੂਨ ਜੁਲਾਈ ਕੈਨੇਡਾ ਡੇ ਦਾ ਟ੍ਰਿਪ ਬਣਾ ਲਿਆ। ਆਸਟ੍ਰੇਲੀਆ ਦਾ ਥੋੜ੍ਹਾ ਹੈਗਾ ਵੱਖਰਾ ਵਾ, ਥੋੜ੍ਹਾ ਡਿਫਰੈਂਟ ਆ। ਅਤੇ ਉਹਦੇ ਵਿੱਚ ਜਿਹੜੀ ਗੱਲ ਕਰਦੇ ਹੁਣ ਆਪਾਂ ਡਾਕੂਮੈਂਟੇਸ਼ਨ ਦੀ, ਜਿਹੜਾ ਬੰਦਾ ਹੁਣ ਮੰਨ ਲਓ ਕਿ ਇੰਡੀਆ ਦੇ ਵਿੱਚ ਆ ਚਾਹੇ ਇੰਡੀਆ ਤੋਂ ਬਾਹਰ ਆ, ਵੈਸੇ ਤਾਂ ਇਹ ਅਲੱਗ ਅਲੱਗ ਸਿਨੈਰੀਓ ਆ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਾਰਿਆਂ ਨੂੰ ਜਿਹੜਾ ਵੀ ਆਸਟ੍ਰੇਲੀਆ ਤੋਂ ਬਾਹਰ ਆ, ਚਾਹੇ ਇੰਡੀਆ 'ਚ ਆ, ਚਾਹੇ ਕਿਤੇ ਯੂਕੇ ਬੈਠਾ, ਯੂਰਪ ਬੈਠਾ, ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਬਰੀਫਲੀ ਐਕਸਪਲੇਨ ਕਰੀਏ ਇੱਕ ਵਾਰ 'ਚ। ਜੇ ਮੰਨ ਲਓ ਕਿ ਬੰਦਾ ਉੱਥੇ ਸਟੂਡੈਂਟ ਆ, ਹਾਂਜੀ ਮੰਨ ਲਓ ਕਿ ਇੰਡੀਆ ਦੇ ਵਿੱਚ ਸਟੱਡੀ ਕਰ ਰਿਹਾ ਹਜੇ, ਤਾਂ ਉਹਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ, ਤਾਂ ਉਹ ਕਿਵੇਂ ਆਪਣੀ ਫਾਈਲ ਨੂੰ ਸਟਰੋਂਗ ਬਣਾਉਂਦਾ? ਸੋ ਦੇਖੋ ਜੀ, ਇਹਦੇ ਵਿੱਚ ਤਾਂ ਮਤਲਬ ਮੇਨ ਜਿਹੜੇ ਫੋਕਸ ਆ ਤੁਹਾਡੇ 3 ਚੀਜ਼ਾਂ 'ਤੇ ਰਹਿਣਾ ਚਾਹੀਦਾ, ਉਹ ਤੁਹਾਡੇ ਹੋ ਗਏ ਫੈਮਿਲੀ ਟਾਈਜ਼, ਤੁਹਾਡੇ ਇਕਨੋਮਿਕ ਟਾਈਜ਼ ਹੋ ਗਏ,
ਤੇ ਤੀਜੀ ਤੁਹਾਡੀ ਟਰੈਵਲ ਹਿਸਟਰੀ ਹੁੰਦੀ ਹੈ। ਟਰੈਵਲ ਹਿਸਟਰੀ ਬਿਲਕੁਲ, ਟਰੈਵਲ ਹਿਸਟਰੀ ਨੈਗੇਟਿਵ ਪੋਜ਼ਿਟਿਵ ਉਹ ਕਿਵੇਂ ਕੰਸੀਡਰ ਹੋਣੀ ਆਪਾਂ ਅੱਗੇ ਡਿਸਕਸ ਕਰਦੇ ਹਾਂ। ਸੋ ਪਹਿਲੀ ਗੱਲ ਹੋ ਗਈ ਫੈਮਿਲੀ ਟਾਈਸ, ਤੁਹਾਡੀ ਫੈਮਿਲੀ ਦੇ ਵਿੱਚ ਹੈਗਾ ਕੌਣ ਕੌਣ, ਤੁਹਾਡਾ ਪਰਿਵਾਰ, ਬਾਕੀ ਕੋਈ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਤਾਂ ਨਹੀਂ ਰਹਿੰਦੇ ਕਿ ਮੋਸਟਲੀ ਤੁਹਾਡੇ ਬੰਦੇ ਇੰਡੀਆ 'ਚ ਰਹਿੰਦੇ ਆ, ਕਿਉਂਕਿ ਆਫਿਸਰ ਨੇ ਪੁਸ਼ ਫੈਕਟਰ ਦੇਖਣੇ ਆ ਕਿ ਹਾਂ ਵੀ ਆਸਟ੍ਰੇਲੀਆ ਤੋਂ ਇਹ ਬੰਦਾ ਬਾਹਰ ਜਾਊਗਾ ਕਿਉਂ, ਮੁੜੂ ਕਿਵੇਂ, ਕਿ ਮੈਨੂੰ ਪੁਸ਼ ਫੈਕਟਰ ਦੱਸ। ਉਹ ਪੁਸ਼ ਫੈਕਟਰ ਆਪਣੀ ਫੈਮਿਲੀ ਜਿਹੜੀ ਇੰਡੀਆ 'ਚ ਰਹਿੰਦੀ ਆ ਉਹ ਹੋ ਸਕਦੀ ਹੈ, ਉਹਨਾਂ ਵੱਲੋਂ ਆਪਾਂ ਸੈਲਫ ਸਰਵਿੰਗ ਐਫੀਡੈਵਿਟਸ ਵੀ ਲਵਾ ਸਕਦੇ ਹਾਂ ਕਿ ਅਸੀਂ ਇਹਨੂੰ ਫਾਈਨੈਂਸ਼ੀਅਲ ਸਪੋਰਟ ਵੀ ਕਰਦੇ ਹਾਂ ਅਤੇ ਅਸੀਂ ਇਹ 'ਤੇ ਡਿਪੈਂਡੈਂਟ ਵੀ ਹੈਗੇ ਹਾਂ। ਸੋ ਸਾਡੀ ਇੱਕ ਚੰਗੀ ਬੌਂਡਿੰਗ ਹੈਗੀ, ਅਸੀਂ ਇਕੱਠੇ ਪਰਿਵਾਰ 'ਚ ਰਹਿੰਦੇ ਹਾਂ ਕਿ ਇਹਦਾ ਵਾਪਸ ਆਉਣਾ ਇੱਥੇ ਜ਼ਰੂਰੀ ਹੈ, ਜ਼ਰੂਰੀ ਹੈ। ਇਹ ਤੋਂ ਬਾਅਦ ਮਤਲਬ ਜੇ ਆਪਾਂ ਇੱਕ ਤਰ੍ਹਾਂ ਦੀ ਕੋਈ ਹੋਰ ਟਾਈਜ਼ ਵੀ ਸ਼ੋਅ ਕਰਨੀ ਹੈ, ਜਿਵੇਂ ਸੋਸ਼ਲ ਟਾਈਜ਼ ਹੋ ਗਈਆਂ, ਉਹਦੇ ਅੰਡਰ ਹੀ ਆਪਣੇ ਆਪਣੀ ਯੂਨੀਵਰਸਿਟੀ ਜਾਂ ਕਾਲਜ ਤੋਂ ਲੈਟਰ ਲੈ ਸਕਦਾ ਕਿ ਮੈਂ ਇੱਥੇ ਇਨਰੋਲਡ ਹਾਂ, ਮੈਂ ਇੱਥੇ ਪੜ੍ਹ ਰਿਹਾ ਹਾਂ। ਉਹ ਤੋਂ ਬਾਅਦ ਆ ਗਏ ਆਪਣੇ ਫਾਈਨੈਂਸ਼ੀਅਲ ਟਾਈਸ ਕਿ ਮੈਂ ਪੈਸਾ ਕਿੰਨਾ ਸ਼ੋਅ ਕਰਨਾ। ਸੋ ਹੁਣ ਫੇਰ ਗੱਲ ਆ ਗਈ ਟਰੈਵਲ ਪਲਾਨ ਦੀ। ਜੇ ਤੁਸੀਂ ਜਾ ਰਹੇ ਹੋ ਸਮਰਸ ਦੇ ਵਿੱਚ, ਜਿਵੇਂ ਇੱਥੇ ਸਮਰਸ ਵੀ ਤੁਹਾਨੂੰ ਪਤਾ ਕਿ ਪੀਕ ਸੀਜ਼ਨ ਹੁੰਦਾ, ਤੋ ਸਾਰਾ ਕੁਛ ਬਹੁਤ ਜ਼ਿਆਦਾ ਮਹਿੰਗਾ ਹੁੰਦਾ। ਸੋ ਤੁਹਾਨੂੰ ਜਿਹੜਾ ਪੈਸੇ ਅਕਾਊਂਟ ਦੇ ਵਿੱਚ ਦਿਖਾਉਣੇ ਪੈਣੇ ਆ ਉਹ ਵੱਧ ਦਿਖਾਉਣੇ ਪੈਣੇ ਆ। ਫੋਰ ਐਗਜ਼ਾਮਪਲ, ਤੁਹਾਡੇ ਆਸਟ੍ਰੇਲੀਆ ਆਉਣ ਜਾਣ ਦੇ ਵਿੱਚ ਜੇ ਉੱਥੇ ਰਹਿਣ ਦੀ ਪੈਸੇ ਜਿਹੜੇ $8,000-$10,000 ਲੱਗ ਜਾਣਾ। ਪਰ ਜੇ ਤੁਸੀਂ ਮਤਲਬ ਮੋਡਰੇਟ ਸੀਜ਼ਨ ਦੇ ਵਿੱਚ ਜਾਂਦੇ ਹੋ, ਜਿਵੇਂ ਉੱਥੇ ਆਟਮ ਸੀਜ਼ਨ ਅਤੇ ਸਪਰਿੰਗ ਸੀਜ਼ਨ, ਇਹ ਮਤਲਬ ਮੋਡਰੇਟ ਮੰਨਿਆ ਜਾਂਦਾ, ਜਿਹੜਾ ਕਿ ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਹੁੰਦਾ ਆ, ਮਤਲਬ ਤੁਸੀਂ ਮੇਨਲੀ ਲਾ ਲਓ ਕਿ ਜੁਲਾਈ ਅਤੇ ਅਕਤੂਬਰ ਦੇ ਵਿੱਚ। ਜੇ ਉਹ ਮਹੀਨੇ 'ਚ ਜਾਂਦੇ ਤੁਹਾਨੂੰ ਪੈਸੇ ਥੋੜ੍ਹੇ ਜਿਹੇ ਆ ਉਹ ਘੱਟ ਸ਼ੋਅ ਕਰਨੇ ਪੈਣਗੇ, ਜਿਵੇਂ ਤੁਸੀਂ ਕਹਿ ਲਓ ਕਿ $4,000-$5,000 'ਚ। ਉਦੋਂ ਬੜੇ ਜਿਹੜੇ ਹੋਸਟਲ ਨੇ ਉਹ ਵੀ ਮਿਲ ਜਾਂਦੇ ਨੇ, ਤੁਸੀਂ ਹੋਸਟਲ ਦੇ ਵਿੱਚ ਰਹਿ ਸਕਦੇ ਹੋ, ਜ਼ਰੂਰੀ ਨਹੀਂ ਹੈਗਾ ਤੁਸੀਂ ਹੋਟਲਾਂ 'ਚ ਰਹਿਣਾ ਹੈ। ਪਰ ਇਹ ਹੈ ਕਿ ਹਾਂ ਵੀ ਜਿਹੜੇ ਤੁਸੀਂ ਪੈਸੇ ਕਿੰਨੇ ਸ਼ੋਅ ਕਰਨੇ ਡਿਪੈਂਡ ਕਰਦਾ ਕਿ ਹਾਂ ਵੀ ਤੁਸੀਂ ਕਿਹੜੇ ਟਾਈਮ ਸਾਲ ਦੇ ਆਸਟ੍ਰੇਲੀਆ ਜਾ ਰਹੇ ਹੋ। ਪਰ 5 ਲੱਖ ਤੋਂ ਲੈ ਕੇ 8-9 ਲੱਖ ਤੱਕ ਪੈਸੇ ਤੁਹਾਨੂੰ ਜਿਹੜੇ ਸ਼ੋਅ ਕਰਨੇ ਪੈਣੇ ਆ। ਬਾਕੀ ਤੁਹਾਡੀ ਨੈੱਟਵਰਥ ਸਰਟੀਫਿਕੇਟ ਹੋ ਗਿਆ, ਤੁਹਾਡੇ ਬੈਂਕ ਬੈਲੈਂਸ, ਤੁਹਾਡੇ ਮਦਰ ਫਾਦਰ ਵੱਲੋਂ ਤੁਹਾਨੂੰ ਸਪੋਰਟਿੰਗ ਐਫੀਡੈਵਿਟਸ ਹੋ ਗਏ, ਇਹ ਸਾਰੀਆਂ ਚੀਜ਼ਾਂ ਆਪਾਂ ਐਪਲੀਕੇਸ਼ਨ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ। ਸੋ ਭਾਵੇਂ ਬੰਦਾ ਸਟੂਡੈਂਟ ਆ, ਚਾਹੇ ਵਰਕ ਪਰਮਿਟ 'ਤੇ ਆ, ਚਾਹੇ ਬਿਜ਼ਨਸ ਓਨਰ ਆ, ਆ ਤਿੰਨੇ ਕੈਟੇਗਰੀਆਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਉਹਨਾਂ ਨੇ ਜੱਜ ਕਰਨਾ ਆ। ਅਤੇ ਤਿੰਨੇ ਕੈਟੇਗਰੀਆਂ ਦੇ ਵਿੱਚ ਜੇ ਹੁਣ ਮੰਨ ਲਓ ਤੁਸੀਂ ਸਟੂਡੈਂਟ ਹੋ, ਵਰਕ ਵਾਲੇ ਹੋ ਜਾਂ ਬਿਜ਼ਨਸ ਓਨਰ ਹੋ, ਤਿੰਨੇ ਕੈਟੇਗਰੀਆਂ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਤੁਹਾਡੀ ਚੈੱਕਲਿਸਟ ਬਣੂਗੀ, ਅਲੱਗ ਅਲੱਗ ਤੁਹਾਡੇ ਡਾਕੂਮੈਂਟਸ ਰਿਕੁਆਇਰਡ ਹੋਣਗੇ। ਪਰ ਆ ਤਿੰਨੇ ਚੀਜ਼ਾਂ ਦੇ ਭਾਰ ਜਿਹੜਾ ਹੈਗਾ ਤੁਹਾਨੂੰ ਦੇਣਾ ਪਊਗਾ ਆਪਣੀ ਫਾਈਲ ਸਟਰੋਂਗ ਬਣਾਉਣ ਵਾਸਤੇ, ਤਾਂ ਕਿ ਤੁਸੀਂ ਪਹਿਲੇ ਕਹਿ ਲਓ ਵੀ ਵਾਰ 'ਚ ਹੀ, ਪਹਿਲੀ ਵਾਰ 'ਚ ਹੀ ਆਪਣਾ ਜਿਹੜਾ ਹੈਗਾ ਆਸਟ੍ਰੇਲੀਆ ਦਾ ਵੀਜ਼ਾ ਲੈ ਸਕੋ। ਸੋ ਦੋਸਤੋ, ਤੁਹਾਨੂੰ ਇੱਥੇ 2 ਚੀਜ਼ਾਂ ਅਸੀਂ ਦੱਸ ਦਿੱਤੀਆਂ ਨੇ, ਇੱਕ ਤਾਂ ਵੀ ਡਾਕੂਮੈਂਟਸ ਕਿਹੜੇ ਕਿਹੜੇ ਰਿਕੁਆਇਰਡ ਆ ਅਤੇ ਕਿਹੜੀਆਂ ਚੀਜ਼ਾਂ ਆਸਟ੍ਰੇਲੀਆ ਦਾ ਵੀਜ਼ਾ ਆਫਿਸਰ ਦੇਖਦਾ ਆ, ਤੁਸੀਂ ਆਪਣੀ ਫਾਈਲ ਨੂੰ ਕਿਵੇਂ ਸਟਰੋਂਗ ਬਣਾ ਸਕਦੇ ਹੋ। ਦੂਜੀ ਗੱਲ ਆਪਾਂ ਕੀਤੀ ਸੀਗੀ ਟਰੈਵਲ ਪਲਾਨ ਦੀ, ਵੀ ਜਿਹੜਾ ਟਰੈਵਲ ਪਲਾਨ ਹੈਗਾ ਵੀ ਉਹ ਤੁਸੀਂ ਆਸਟ੍ਰੇਲੀਆ ਦੀ ਜਿਹੜੀ ਹੈਗੀ ਆ ਜੋਗ੍ਰਫੀ ਆ ਜਿਹੜੀ ਉਹਨੂੰ ਧਿਆਨ 'ਚ ਰੱਖ ਕੇ ਬਣਾਉਣਾ ਚਾਹੀਦਾ ਆ। ਅਤੇ ਮੋਸਟਲੀ ਜਿਹੜੇ ਇੰਡੀਆ ਦੇ ਵਿੱਚ ਕੰਸਲਟੈਂਟ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਨੌਲੇਜ ਨਹੀਂ ਹੁੰਦੀ ਹੈਗੀ, ਪਰ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖੋ। ਜੇ ਤੁਸੀਂ ਆਪਣਾ ਕੋਈ ਟਰੈਵਲ ਪਲਾਨ ਜਾਂ ਕੋਈ ਸਲਾਹ ਲੈਣਾ ਵੀ ਚਾਹੁੰਦੇ ਹੋ, ਤੁਸੀਂ ਸਾਡੇ ਇੰਡੀਆ ਆਫਿਸ ਤੋਂ ਜਾਂ ਕੈਨੇਡਾ ਆਫਿਸ ਤੋਂ ਵੀ ਇਸ ਬਾਰੇ ਲੈ ਸਕਦੇ ਹੋ। ਨੰਬਰ ਵਗੈਰਾ ਜਿਹੜੇ ਹੈਗੇ ਨੇ ਉਹ ਸਕਰੀਨ 'ਤੇ ਦਿੱਤੇ ਹੋਏ ਨੇ ਅਤੇ ਕੈਪਸ਼ਨ ਦੇ ਵਿੱਚ ਵੀ ਐਡ ਨੇ, ਤੁਸੀਂ ਸਾਡੀ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ। ਤੋ ਐਂਡ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਲਾਹ ਦੇਣੀ ਆ ਬਈ, ਤੁਸੀਂ ਆਪਣੀ ਜਿਹੜੀ ਫਾਈਲ ਹੈਗੀ ਆ ਵੀ ਉਹ ਕਿਹੜਾ ਆਉਣ ਵਾਲਾ ਸਮਾਂ ਆਸਟ੍ਰੇਲੀਆ ਦੇ ਵਿੱਚ ਵਧੀਆ ਵਾ, ਵੀ ਤਾਂ ਕਿ ਤੁਸੀਂ ਪਹਿਲੀ ਵਾਰ ਦੇ ਵਿੱਚ ਜਿਹੜੀ ਹੈਗੀ ਆਪਣੀ ਫਾਈਲ ਦੀ ਅਪਰੂਵਲ ਲੈ ਸਕੋ ਅਤੇ ਉਹਦੀ ਤਿਆਰੀ ਤੁਹਾਨੂੰ ਕਰੋ ਤੋਂ ਹੀ ਸਟਾਰਟ ਕਰ ਦੇਣੀ ਚਾਹੀਦੀ ਆ। ਹਾਂਜੀ ਤੁਸੀਂ, ਸੋ ਰਾਈਟ ਨਾਓ ਜਿਹੜਾ ਪ੍ਰੋਸੈਸਿੰਗ ਟਾਈਮ ਆਸਟ੍ਰੇਲੀਆ ਦਾ ਉਹ 18 ਦਿਨ ਹੈਗਾ ਪ੍ਰੋਸੈਸਿੰਗ, ਜਿਹੜਾ 18 ਦਿਨ ਲੱਗਦੇ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਣ ਨੂੰ ਰਾਈਟ ਨਾਓ। ਆਸਟ੍ਰੇਲੀਆ ਦਾ ਇੱਦਾਂ ਨਹੀਂ ਹੈਗਾ ਕਿ ਹਾਂ ਵੀ ਕਿਸੇ ਦੇਸ਼ ਲਈ ਘੱਟ ਆ ਅਤੇ ਕਿਸੇ ਦੇਸ਼ ਲਈ ਵੱਧ ਆ, ਉਹ ਓਵਰਆਲ ਹੀ ਦੱਸਦੇ, ਓਵਰਆਲ ਉਹ 18 ਕੁ ਦਿਨ ਲੈਂਦੇ ਆ। ਪਰ ਤਾਂ ਵੀ ਤੁਸੀਂ 1 ਮਹੀਨਾ ਉਹ ਲਾ ਕੇ ਚੱਲੋ ਕਿ 1 ਮਹੀਨਾ ਲਾਉਣਗੇ। ਜਿਹੜਾ ਹੁਣ ਬੈਸਟ ਸੀਜ਼ਨ ਅੱਗੇ ਆ ਰਿਹਾ ਉਹ ਦਸੰਬਰ ਤੋਂ ਫਰਵਰੀ ਵਾਲਾ, ਜਿਵੇਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਹੀ ਤੁਸੀਂ ਟਰੈਵਲ ਕਰੋ। ਇੱਕ ਚੀਜ਼ ਹੋਰ ਆ ਕਿ ਜੇ ਤੁਸੀਂ ਫ੍ਰੀਕੁਐਂਟ ਟਰੈਵਲਰ ਹੈਗੇ ਹੋ ਕਿ ਹਾਂ ਵੀ ਤੁਸੀਂ ਹੋਰ ਦੇਸ਼ਾਂ 'ਚ ਵੀ ਘੁੰਮੇ ਹੋਏ ਹੋ, ਫਿਰ ਤਾਂ ਤੁਸੀਂ ਇਹੋ ਜਿਹੇ ਟਰੈਵਲ ਪਲਾਨ ਬਣਾਓ ਜਿਹੜੇ ਕੋਸਟ ਟੂ ਕੋਸਟ ਨੇ। ਫੋਰ ਐਗਜ਼ਾਮਪਲ, ਤੁਸੀਂ ਸਿਡਨੀ ਟੂ ਪਰਥ ਵਾਲਾ ਦੋਨਾਂ ਕੋਸਟ ਟੂ ਕੋਸਟ ਬਣਾਉਣਾ ਆ, ਫਿਰ ਤੁਸੀਂ ਬਣਾ ਸਕਦੇ ਹੋ। ਪਰ ਜੇ ਤੁਸੀਂ ਫ੍ਰੀਕੁਐਂਟ ਟਰੈਵਲਰ ਹੈ ਨਹੀਂ, ਤੁਹਾਨੂੰ ਨਹੀਂ ਪਤਾ ਕਿ ਹਾਂ ਵੀ ਟਰੈਵਲਿੰਗ ਹੁੰਦੀ ਕਿਵੇਂ ਆ, ਤਾਂ ਜ਼ਿਆਦਾ ਆਪਣੇ ਟਰੈਵਲ ਪਲਾਨ ਨੂੰ ਕੰਪਲੀਕੇਟਡ ਨਾ ਕਰੋ, ਸਿੰਪਲ ਜਿਹਾ ਹੀ ਰੱਖੋ ਕਿ ਅਸੀਂ ਮੈਲਬਰਨ, ਸਿਡਨੀ ਜਾਂ ਆਹ ਸ਼ਹਿਰਾਂ ਦੇ ਵਿੱਚ ਹੀ ਘੁੰਮਣਾ ਆ ਅਤੇ ਹਫ਼ਤੇ 10 ਦਿਨ ਘੁੰਮਣਾ ਜਾਂ 1 ਦੇ ਵਿੱਚ ਹੀ ਘੁੰਮਣਾ, ਹਫ਼ਤਾ 10 ਦਿਨ ਘੁੰਮਣਾ ਆ। ਸੋ ਇਹ ਚੀਜ਼ਾਂ ਨੇ ਤੁਸੀਂ ਜਿਹੜਾ ਤੁਸੀਂ ਆਪਣਾ ਮੇਨ ਫੋਕਸ ਰੱਖਣਾ। ਬਾਕੀ ਇਹ ਕਿ ਆਪਣੇ ਬੈਂਕ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਨੇ ਉਹ 5 ਲੱਖ ਤੋਂ ਲੈ ਕੇ 8 ਲੱਖ ਤੱਕ ਰੱਖ ਸਕਦੇ ਹੋ, ਡਿਪੈਂਡ ਕਰਦਾ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਹੈਗੇ ਹੋ। UK ਦੇ ਵਿੱਚੋਂ ਰਿਕੁਆਇਰਮੈਂਟਸ ਹੋਰ ਨੇ, ਇੰਡੀਆ ਦੇ ਵਿੱਚ ਹੋਰ ਨੇ, ਪਰ ਮੇਨਲੀ 8 ਤੋਂ 5-8 ਲੱਖ ਰੁਪਈਆ ਜਿਹੜਾ ਅਕਾਊਂਟ ਦੇ ਵਿੱਚ ਆਪਾਂ